ਪ੍ਰਗਾੜੀ ਬੇਅਦਬੀ ਤੇ ਬਹਿਬਲ ਕਲਾ ਕੋਟਕਪੁਰਾ ਗੋਲੀ ਕਾਂਡ ਦੇ ਇਨਸਾਫ ਦਾ ਹਾਲੇ ਇੰਤਜ਼ਾਰ ਹੈ ਪਰ ਇਸ ਦਰਮਿਆਨ ਕੋਟਕਪੁਰਾ ਹਿੰਸਾ ਕੇਸ ਮਾਮਲੇ 'ਚ ਨਾਮਜ਼ਦ ਸਿੱਖ ਪ੍ਰਚਾਰਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ SIT ਨੇ ਸਿੱਖ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂਵਾਲਾ, ਅਮਰੀਕ ਸਿੰਘ ਅਜਨਾਲਾ, ਹਰਜਿੰਦਰ ਸਿੰਘ ਮਾਂਝੀ, ਗਿਆਨੀ ਕੇਬਲ ਸਿੰਘ ਸਣੇ 18 ਹੋਰਾਂ 'ਤੇ ਦਰਜ ਕੇਸ ਖਾਰਜ ਕਰ ਦਿੱਤਾ ਹੈ। SIT ਨੇ ਇਸ ਮਾਮਲੇ ਵਿੱਚ ਉਹਨਾਂ ਦੇ ਨਾਮ ਹਟਾ ਦਿੱਤੇ ਹਨ। SIT ਵੱਲੋਂ ਲੰਘੇ ਸ਼ੁੱਕਰਵਾਰ ਨੂੰ ਕੋਟਕਪੁਰਾ ਦੇ ਤਤਕਾਲੀ DSP ਬਲਜੀਤ ਸਿੰਘ ਸਿੱਧੂ ਅਤੇ SHO ਗੁਰਦੀਪ ਸਿੰਘ ਪੰਧੇਰ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਕੇਸ ਮੁਤਾਬਕ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂਵਾਲਾ, ਅਮਰੀਕ ਸਿੰਘ ਅਜਨਾਲਾ, ਹਰਜਿੰਦਰ ਸਿੰਘ ਮਾਂਝੀ ਅਤੇ ਹੋਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਖਿਲਾਫ਼ ਬਰਗਾੜੀ ਬੇਅਦਬੀ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵਿਰੋਧ ਦੀ ਅਗਵਾਈ ਕਰ ਰਹੇ ਸਨ। ਪੁਲਿਸ ਨੇ October 14, 2015 ਨੂੰ 15 ਸਿੱਖ ਪ੍ਰਚਾਰਕਾਂ ਖਿਲਾਫ਼ FIR ਦਰਜ ਕੀਤੀ ਗਈ ਸੀ। ਕੋਟਕਪੁਰਾ ਸਿਟੀ ਪੁਲਿਸ ਕੋਲ ਦਰਜ ਕੇਸ ਮੁਤਾਬਕ ਮਜ਼ਾਹਰਾਕਾਰੀਆਂ ਨੇ ਪੁਲਿਸ ਤੇ ਹਮਲਾ ਅਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। 16 October 2015 ਨੂੰ ਫਰੀਦਕੋਟ ਕੋਰਟ ਨੇ 9 ਸਿੱਖ ਪ੍ਰਚਾਰਕਾਂ, ਜਿਨ੍ਹਾਂ 'ਚ ਭਾਈ ਪੰਥਪ੍ਰੀਤ ਸਿੰਘ ਵੀ ਸ਼ਾਮਿਲ ਸੀ, ਨੂੰ ਰਿਲੀਜ਼ ਕਰ ਦਿੱਤਾ। 2018 ਵਿੱਚ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਹਰਜਿੰਦਰ ਸਿੰਘ ਮਾਂਝੀ, ਅਮਰੀਕ ਸਿੰਘ ਅਜਨਾਲਾ ਨੇ SIT ਸਾਹਮਣੇ ਆਪਣੇ ਬਿਆਨ ਦਰਜ ਕਰਵਾਏ। ਉਸ ਵੇਲੇ ਉਹਨਾਂ ਖਿਲਾਫ਼ ਧਾਰਾ 307 ਕਤਲ ਦੀ ਕੋਸ਼ਿਸ਼, 120B ਕ੍ਰਿਮੀਨਲ ਸਾਜ਼ਿਸ਼ ਤੇ IPC ਦੀਆਂ ਹੋਰ ਧਾਰਾਵਾਂ ਤੇ ਆਰਮਜ਼ ਐਕਟ, ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਤਹਿਤ ਕੋਟਕਪੁਰਾ ਦੇ SHO ਗੁਰਦੀਪ ਸਿੰਘ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ, ਮਨਿੰਦਰ ਸਿੰਘ, ਰਸ਼ਪਾਲ ਸਿੰਘ, ਬਲਪ੍ਰੀਤ ਸਿੰਘ ਅਤੇ 5 ਹੋਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਪੂਰੇ ਮਾਮਲੇ ਦੇ ਸਿਲਸਿਲੇਵਾਰ ਨਜ਼ਰ ਮਾਰੀਏ ਤਾਂ 25 June 2020 ਨੂੰ SIT ਨੇ ਉਸ ਵੇਲੇ ਦੇ ਕੋਟਕਪੁਰਾ ਦੇ SHO ਸਬ ਇੰਸਪੈਕਟਰ ਗੁਰਦੀਪ ਸਿੰਘ ਨੂੰ ਸਿੱਖ ਪ੍ਰਚਾਰਕਾਂ ਦੇ ਖਿਲਾਫ਼ ਝੂਠਾ ਕੇਸ ਬਣਾਉਣ, ਧਾਰਾ 409 ਅਤੇ 467 ਜੋੜਨ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। July 2020 ਵਿੱਚ SIT ਨੇ ਇਸ ਮਾਮਲੇ ਵਿੱਚ DSP ਬਲਜੀਤ ਸਿੰਘ ਸਿੱਧੂ ਨੂੰ ਵੀ ਨਾਮਜ਼ਦ ਕੀਤਾ। 13 August 2020 ਨੂੰ SIT ਨੇ ਇਸ ਸਿਲਸਿਲੇ ਵਿੱਚ SHO ਅਤੇ DSP ਫਰੀਦਕੋਟ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਅਤੇ 23 ਸਿੱਖ ਪ੍ਰਚਾਰਕ ਦੋਸ਼ ਮੁਕਤ ਐਲਾਨ ਦਿੱਤੇ। ਸੋ ਸਿੱਖ ਪ੍ਰਚਾਰਕਾਂ ਨੂੰ ਇਸ ਕੇਸ ਵਿੱਚ ਵੱਡੀ ਰਾਹਤ ਮਿਲੀ ਹੈ। ਸਭ ਨੂੰ ਉਸ ਵੇਲੇ ਸੰਗੀਨ ਧਾਰਾਵਾਂ ਤਹਿਤ ਦਰਜ ਕੀਤੇ ਮੁਕੱਦਮਿਆਂ ਵਿੱਚ ਫਿਲਹਾਲ ਕਲੀਨ ਚਿੱਟ ਮਿਲ ਚੁੱਕੀ ਹੈ, ਜੋ ਉਸ ਵੇਲੇ ਦੀ ਸਰਕਾਰ ਦੀ ਸ਼ਹਿ ਤੇ ਪੁਲਿਸ ਨੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਇਨਸਾਫ ਦੀ ਮੰਗ ਕਰ ਰਹੀ ਸੰਗਤ ਦੀ ਅਗਵਾਈ ਕਰ ਰਹੇ ਇਹਨਾਂ ਸਿੱਖ ਪ੍ਰਚਾਰਕਾਂ ਤੇ ਪੰਥਕ ਆਗੂਆਂ ਉੱਪਰ ਦਰਜ ਕੀਤੇ ਸਨ। ਲੋੜ ਉਸ ਇਨਸਾਫ ਦੀ ਵੀ ਜਲਦ ਮਿਲਦੀ ਹੈ, ਜੋ ਆਪਣੇ ਗੁਰੂ ਦੀ ਹੋਈ ਬੇਅਦਬੀ ਤੋਂ ਬਾਅਦ ਸ਼ਾਂਤਮਈ ਰੋਸ ਜਿਤਾ ਰਹੀ ਸੰਗਤ ਦੇ ਸ਼ਰੇਆਮ ਗੋਲੀਆਂ ਭਰਾ ਕੇ ਦੂਜਾ ਜਲਿਆਂਵਾਲਾ ਬਾਗ ਬਣਾਇਆ ਗਿਆ। ਸ਼ਾਂਤਮਈ ਭੀੜ ਉੱਪਰ ਪੁਲਿਸ ਚਾੜ ਭੜਕਾਇਆ ਗਿਆ। ਗੋਲੀਬਾਰੀ ਵਿੱਚ 2 ਸਿੰਘ ਸ਼ਹੀਦ ਕਰ ਦਿੱਤੇ ਗਏ। ਕੋਟਕਪੁਰਾ ਗੋਲੀ ਕਾਂਡ ਦੀ ਅਸਲ ਸੱਚਾਈ ਉਸ ਵੇਲੇ ਦੀ CCTV ਫੁਟੇਜ ਦੇ ਵੀ ਸਾਹਮਣੇ ਲਿਆਉਂਦੀ ਹੈ ਕਿ ਸ਼ਾਂਤਮਈ ਭੀੜ ਉੱਪਰ ਪੁਲਿਸ ਦੀ ਕਾਰਵਾਈ ਕਿਸ ਹੱਦ ਤੱਕ ਦੀ ਸੀ। ਫਿਲਹਾਲ ਇਸ ਮਾਮਲੇ ਵਿੱਚ SIT ਆਪਣਾ ਕੰਮ ਕਰ ਰਹੀ ਹੈ, ਹਰ ਤੱਥ ਖੰਗਾਲਿਆ ਜਾ ਰਿਹਾ ਹੈ ਅਤੇ ਇੰਤਜ਼ਾਰ ਹੁਣ ਇਸ ਮਾਮਲੇ ਦੇ ਪੂਰੀ ਤਰ੍ਹਾਂ ਅੰਜਾਮ ਤੱਕ ਪਹੁੰਚਣ ਦਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।